ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ ਅਤੇ ਅੱਜ ਅਸੀਂ ਪਿੰਡ ਟੌਂਗ ਦੇ ਵਿੱਚ ਹਾਂ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਅਤੇ ਅੱਜ ਅਸੀਂ ਇਸ ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ, ਜਿੱਥੇ ਕਿ ਬੱਚਿਆਂ ਨੂੰ ਅੱਜ ਸ਼ੂਜ਼ ਦਿੱਤੇ ਜਾਣਗੇ। 50,000 ਸ਼ੂ ਟੂ ਗਿਵ ਮਿਸ਼ਨ ਦੌਰਾਨ ਅਸੀਂ ਅੱਜ ਪਿੰਡ ਟੌਂਗ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹਾਂ। ਇੱਥੇ ਸਾਡਾ ਅੱਜ 315th ਕੈਂਪੇਨ ਹੈ ਇਸ ਸਕੂਲ ਦੇ ਵਿੱਚ। ਸਾਡੇ 315 ਕੈਂਪੇਨ ਜਿਹੜੇ ਆ ਉਹ ਅੱਜ ਕਵਰ ਹੋ ਜਾਣਗੇ। ਅਤੇ ਬਹੁਤ ਹੀ ਖਾਸ ਹੈ ਅੱਜ ਦਾ ਕੈਂਪੇਨ, ਕਿਉਂਕਿ ਅੱਜ ਦਾ ਇਹ ਕੈਂਪੇਨ ਸਪੈਸ਼ਲੀ ਇੱਕ ਫੈਮਲੀ ਵੱਲੋਂ ਸਪੋਂਸਰ ਕੀਤਾ ਗਿਆ ਹੈ, ਜੋ ਕਿ ਖੁਦ ਇੱਥੇ ਮੌਜੂਦ ਆ। ਅਤੇ ਉਹਨਾਂ ਦੀ ਡਾਟਰ ਪਰਨੀਤ ਕੌਰ, ਜਿਨ੍ਹਾਂ ਦਾ ਅੱਜ ਬਰਥਡੇ ਆ, ਅਤੇ ਅਸੀਂ ਉਹਨਾਂ ਦਾ ਬਰਥਡੇ ਜਿਹੜਾ ਇਸ ਸਕੂਲ ਵਿੱਚ ਸੈਲੀਬ੍ਰੇਟ ਕਰ ਰਹੇ ਹਾਂ। ਅਤੇ ਪਹਿਲਾਂ ਅਸੀਂ ਬਰਥਡੇ ਸੈਲੀਬ੍ਰੇਟ ਕਰਾਂਗੇ। ਬੱਚਿਆਂ ਲਈ ਕੇਕ ਲੈ ਕੇ ਆਏ ਹਾਂ, ਉਹਨਾਂ ਲਈ ਮੈਂਗੋਜ਼ ਲੈ ਕੇ ਆਏ ਨੇ, ਪੌਪਕੋਰਨਸ ਲੈ ਕੇ ਆਏ ਨੇ, ਹੋਰ ਬੱਚਿਆਂ ਲਈ ਜਿਹੜੇ ਆ ਉਹ ਗਿਫਟ ਲੈ ਕੇ ਆਏ ਨੇ। ਅਤੇ ਬਹੁਤ ਹੀ ਮਜ਼ਾ ਆਉਣ ਵਾਲਾ ਹੈ ਸਕੂਲ ਦੇ ਵਿੱਚ। ਅਤੇ ਬਹੁਤ ਹੀ ਅੱਛੀ ਗੱਲ ਆ ਕਿ ਜਦੋਂ ਅਸੀਂ ਆਪਣੇ ਪਰਿਵਾਰ ਦਾ ਕੋਈ ਸਪੈਸ਼ਲ ਡੇ ਜਿਹੜਾ ਉਹ ਬੱਚਿਆਂ ਦੇ ਨਾਲ ਮਨਾਉਂਦੇ ਹਾਂ, ਖਾਸ ਕਰਕੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨਾਲ, ਨਾ ਜਾਂ ਅਸੀਂ ਕਿਸੇ ਐਨ ਜੀ ਓ 'ਚ ਮਨਾਉਂਦੇ ਹਾਂ, ਜਾਂ ਅਸੀਂ ਸਲੰਮ ਏਰੀਆ ਦੇ ਵਿੱਚ ਜਿਹੜਾ ਬਰਥਡੇ ਅਸੀਂ ਮਨਾਉਂਦੇ ਹਾਂ। ਸੋ ਇਸ ਸਕੂਲ ਦੇ ਵਿੱਚ ਅੱਜ ਬੱਚਿਆਂ ਨੂੰ ਸ਼ੂਜ਼ ਦਿੱਤੇ ਜਾਣਗੇ, ਬੱਚਿਆਂ ਨੂੰ ਬੈਗ ਦਿੱਤੇ ਜਾਣਗੇ, ਬੱਚਿਆਂ ਨੂੰ ਸਟੇਸ਼ਨਰੀ ਆਈਟਮਸ ਦਿੱਤੀਆਂ ਜਾਣਗੀਆਂ। ਅਤੇ ਬੱਚਿਆਂ ਦੇ ਨਾਲ ਜਿਹੜਾ ਉਹ ਅੱਜ ਬਰਥਡੇ ਸੈਲੀਬ੍ਰੇਟ ਕੀਤਾ ਜਾਏਗਾ। ਸੋ ਸਾਰੇ ਬੱਚੇ ਇੱਥੇ ਮੌਜੂਦ ਆ, ਅਤੇ ਆਪਾਂ ਹੁਣ ਬੱਚਿਆਂ ਦੇ ਨਾਲ ਜਿਹੜਾ ਉਹ ਕੇਕ ਕੱਟਾਂਗੇ। ਸੋ ਮੈਂ ਤਾਂ ਇਸ ਚੀਜ਼ ਨੂੰ ਇਨਕਰੇਜ ਕਰਾਂਗੀ, ਸਾਰਿਆਂ ਨੂੰ ਹੀ ਮੈਂ ਕਹਿਣਾ ਚਾਹਾਂਗੀ ਕਿ ਤੁਸੀਂ ਕਦੀ ਵੀ ਆਪਣਾ ਬਰਥਡੇ ਜਾਂ ਐਨੀਵਰਸਰੀ ਜਾਂ ਕੋਈ ਵੀ ਆਪਣਾ ਦਿਨ ਜਿਹੜਾ ਉਹ ਆਪਣੀ ਖੁਸ਼ੀ ਸੈਲੀਬ੍ਰੇਟ ਕਰਨੀ, ਅਤੇ ਛੋਟਾ ਜਿਹਾ ਬਜਟ ਇੱਕ ਜਿਹੜਾ ਉਹ ਨੀਡੀ ਬੱਚਿਆਂ ਵਾਸਤੇ ਜ਼ਰੂਰ ਰੱਖੋ, ਅਤੇ ਛੋਟਾ ਜਿਹਾ ਇੱਕ ਜਿਹੜਾ ਈਵੈਂਟ ਆ ਜ਼ਰੂਰ ਉਹਨਾਂ ਲਈ ਔਰਗਨਾਈਜ਼ ਕਰੋ। ਕਿਉਂਕਿ ਇੱਥੇ ਵੀ ਜੇ ਅਸੀਂ ਬੱਚਿਆਂ ਨੂੰ ਪੁੱਛਾਂਗੇ ਤਾਂ ਮੈਨੂੰ ਲੱਗਦਾ ਕਿ ਬਹੁਤ ਦੇਰ ਬਾਅਦ ਸ਼ਾਇਦ ਬੱਚੇ ਕੇਕ ਖਾ ਰਹੇ ਹੋਣਗੇ ਜਾਂ ਪਹਿਲੀ ਵਾਰੀ ਕੇਕ ਖਾ ਰਹੇ ਹੋਣਗੇ। ਸੋ ਉਹਨਾਂ ਲਈ ਇਹ ਚੀਜ਼ਾਂ ਜਿਹੜੀਆਂ ਬੜੀਆਂ ਸਪੈਸ਼ਲ ਆ, ਅਤੇ ਕਿਸੇ ਨੂੰ ਸਪੈਸ਼ਲ ਫੀਲ ਕਰਵਾਉਣਾ ਵੀ ਇੱਕ ਸੇਵਾ ਦਾ ਰੂਪ ਹੀ ਆ ਕਿ ਅਸੀਂ ਕਿਸੇ ਨੂੰ ਸਪੈਸ਼ਲ ਫੀਲ ਕਰਾਈਏ। ਅਤੇ ਅੱਜ ਪਰਨੀਤ ਕੌਰ ਦਾ ਬਰਥਡੇ ਹੈ, ਹੈਪੀ ਬਰਥਡੇ ਟੂ ਯੂ। ਸਾਈਡ ਸੇ ਪਕੜ ਲੋ ਆਪ। ਟੇਸਟੀ ਸਵਾਦ ਬੱਚੇ, ਸਵਾਦ ਕਿੰਨਾ, ਬਹੁਤ ਵੈਰੀ ਗੁੱਡ ਕਲੈਪਿੰਗ ਦੀ। ਮੈਂ
ਟਰਾਈ ਕਰੋ ਕੌਣ ਕੌਣ ਖਾਊਗਾ ਮੈਂਗੋ ਜੋ ਮੈਮ ਕਹਿੰਦੇ ਉਹ ਅੱਖੀ ਰੱਖਣਾ ਮੰਡੇ ਫੋਟੋ ਕਰ ਲੈਂਦੇ ਇਧਰ ਦੇਖੋ ਸਭੀ ਪਿੱਛੇ ਥੋੜਾ ਪਿੱਛੇ ਹਸਕੀ ਹਸਕੀ ਨੱਚ ਤੂੰ ਕਨਵਰ ਪਿੱਛੇ ਹਸੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਜੁੜੇ ਬਰਥਡੇ ਦੇ ਵਿੱਚ ਅਤੇ ਕੱਲ੍ਹ ਅਸੀਂ ਫਿਰ ਇੱਕ ਹੋਰ ਬਰਥਡੇ ਸੈਲੀਬ੍ਰੇਟ ਕਰ ਰਹੇ ਹਾਂ ਟਵਿਨ ਡੋਟਰਸ ਨੇ ਸੋ ਬਹੁਤ ਬਹੁਤ ਸ਼ੁਕਰੀਆ ਸਾਰੇ ਡੋਨਰਸ ਦਾ ਜਿਹੜੇ ਸਾਡੇ ਨਾਲ ਮਿਲ ਕੇ ਆਪਣੀ ਫੈਮਿਲੀ ਦਾ ਬਰਥਡੇ ਜਿਹੜਾ ਸੈਲੀਬ੍ਰੇਟ ਕਰਦੇ ਸਾਨੂੰ ਵੀ ਬੜਾ ਅੱਛਾ ਲੱਗਦਾ ਮੈਂ ਅਕਸਰ ਹੀ ਦੱਸਦੀ ਹਾਂ ਕਿ ਐਲੀਮੈਂਟਰੀ ਸਕੂਲਸ 'ਚ ਬਹੁਤ ਸਾਰੇ ਇਹੋ ਜਿਹੇ ਬੱਚੇ ਹੁੰਦੇ ਜਿਹੜੇ ਕਿ ਮੋਰਨਿੰਗ ਬ੍ਰੇਕਫਾਸਟ ਵੀ ਨਹੀਂ ਕਰਕੇ ਆਉਂਦੇ ਅਤੇ ਅਸੀਂ ਛੋਟਾ ਜਿਹਾ ਉਹਨਾਂ ਲਈ ਇਹੋ ਜਿਹਾ ਈਵੈਂਟ ਔਰਗਨਾਈਜ਼ ਕਰ ਲਈਏ ਜਾਂ ਉਹਨਾਂ ਨੂੰ ਆਪਾਂ ਕੁਛ ਯੂ ਨੋ ਐਜ਼ ਏ ਮੀਲ ਪ੍ਰੋਵਾਈਡ ਕਰ ਦਈਏ ਜਾਂ ਕੇਕ ਉਹਨਾਂ ਨੂੰ ਲੈ ਕੇ ਜਾਈਏ ਅਤੇ ਉਹ ਮੈਨੂੰ ਵੀ ਅੰਦਰੋਂ ਬੜਾ ਸਕੂਨ ਦਿੰਦਾ ਕਿ ਪਤਾ ਨਹੀਂ ਕਿੰਨਾ ਕੁ ਮਨ ਕਰ ਰਿਹਾ ਹੋਣਾ ਹੁਣ ਕੁਛ ਖਾਣ ਦਾ ਅਤੇ ਜਦੋਂ ਅਸੀਂ ਉਹਨਾਂ ਨੂੰ ਕੋਈ ਅੱਛੀ ਸਵਾਦਿਸ਼ਟ ਚੀਜ਼ ਜਿਹੜੀ ਹੈ ਉਹਨਾਂ ਨੂੰ ਆਪਾਂ ਖਵਾਉਂਦੇ ਅਤੇ ਬਹੁਤ ਹੀ ਮਜ਼ਾ ਆਉਂਦਾ ਬੜਾ ਬੱਚੇ ਬੜਾ ਇੰਜੋਏ ਕਰਦੇ ਆ ਬਰਥਡੇਜ਼ ਨੂੰ ਜਦੋਂ ਅਸੀਂ ਐਲੀਮੈਂਟਰੀ ਸਕੂਲਸ ਦੇ ਵਿੱਚ ਜਾਂਦੇ ਹਾਂ ਅਤੇ ਇਸ ਸਕੂਲ ਦੇ ਵਿੱਚ 6 ਬੱਚੇ ਨੇ ਜਿਨ੍ਹਾਂ ਕੋਲ ਅੱਜ ਬੈਗ ਨਹੀਂ ਆ ਅਤੇ ਉਹਨਾਂ ਬੱਚਿਆਂ ਨੂੰ ਅੱਜ ਬੈਗ ਦਿੱਤੇ ਜਾਣਗੇ ਜਿਹੜੇ ਬੱਚੇ ਅੱਜ ਸਕੂਲ ਲਿਫਾਫੇ ਦੇ ਵਿੱਚ ਜਿਹੜੀਆਂ ਉਹ ਆਪਣੀਆਂ ਬੁੱਕਸ ਲੈ ਕੇ ਆਏ ਨੇ ਬੇਟਾ ਇੱਧਰ ਆਓ ਚਲੋ
ਕਰਾਂਗੇ। चलो बेटा आप चलो अंदर साइड में Yeah, I'm gonna try.
Thank you.
ਸੋ ਅੱਜ ਸਾਡਾ ਪਿੰਡ ਟੌਂਗ ਵਿਖੇ ਕੈਂਪੇਨ ਸੀ। ਅਸੀਂ ਅੱਜ ਪਿੰਡ ਟੌਂਗ ਜ਼ਿਲ੍ਹਾ ਅੰਮ੍ਰਿਤਸਰ ਅਸੀਂ ਅੱਜ ਕਵਰ ਕੀਤਾ ਹੈ ਅਤੇ ਅੱਜ ਦਾ ਇਹ ਕੈਂਪੇਨ ਜਿਹੜਾ ਹੈ ਉਹ ਸੁਰਜੀਤ ਸਿੰਘ ਜੀ ਨੇ ਸਪੋਂਸਰ ਕੀਤਾ। ਉਹਨਾਂ ਦੀ ਪੂਰੀ ਫੈਮ ਕਿ ਇੱਦਾਂ ਹੀ ਹਰ ਐਲੀਮੈਂਟਰੀ ਸਕੂਲ ਦੇ ਵਿੱਚ ਸ਼ੂਜ਼ ਦਿੱਤੇ ਜਾਣ, ਬੱਚਿਆਂ ਨੂੰ ਬੈਗ ਦਿੱਤੇ ਜਾਣ, ਸਟੇਸ਼ਨਰੀ ਕਿੱਟਸ ਦਿੱਤੀਆਂ ਜਾਣ। ਸੋ ਸ਼ੂਜ਼ ਦੇ ਨਾਲ ਨਾਲ ਹੀ ਬਹੁਤ ਸਾਰੇ ਹੋਰ ਕੰਮ ਜਿਹੜੇ ਆ ਉਹ ਕੰਪਲੀਟ ਹੋ ਰਹੇ ਨੇ, ਇਹ ਸਿਰਫ ਡੋਨਰਸ ਦੇ ਸਦਕਾ ਹੀ ਆ। ਸੋ ਸਾਡੀ ਕੋਸ਼ਿਸ਼ ਹੈ ਕਿ ਐਵਰੀ ਟਿਊਜ਼ਡੇ ਅਸੀਂ ਇੱਕ ਕੈਂਪੇਨ ਕਰੀਏ ਜਾਂ ਹਰ ਹਫ਼ਤੇ ਇੱਕ ਸ਼ੂ ਕੈਂਪੇਨ ਅਸੀਂ ਜ਼ਰੂਰ ਕਰੀਏ ਅਤੇ ਨਾਲ ਨਾਲ ਅਸੀਂ ਇੱਕ ਫੂਡ ਦਾ ਕੈਂਪੇਨ ਵੀ ਜਿਹੜਾ ਅਸੀਂ ਜ਼ਰੂਰ ਕਰੀਏ। ਅਤੇ ਸਾਰੇ ਸਾਡੇ ਡੋਨਰਸ ਜਿਹੜੇ ਕਿ ਫੂਡ ਕੈਂਪੇਨ ਸਪੋਂਸਰ ਕਰ ਰਹੇ ਨੇ ਜਾਂ ਸ਼ੂਜ਼ ਕੈਂਪੇਨ ਸਪੋਂਸਰ ਕਰ ਰਹੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਜਿਨ੍ਹਾਂ ਨੇ ਆਲਰੇਡੀ ਕੈਂਪ